ਚੰਡੀਗੜ੍ਹ ਬੰਬ ਕਾਂਡ ਬੀਤੇ ਬੁੱਧਵਾਰ 10 ਸੈਕਟਰ ਦੀ ਇੱਕ ਕੋਠੀ ਦੇ ਵਿੱਚ ਜਦੋਂ ਗਰਨੇਡ ਸੁੱਟਿਆ ਗਿਆ ਹਾਲਾਂਕਿ ਉਸ ਵਿੱਚ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਪਰ ਉਸ ਘਟਨਾ ਨੇ ਕਾਫੀ ਧਿਆਨ ਖਿੱਚਿਆ ਉਸ ਦੇ ਨਾਲ ਕਾਫੀ ਹਲਚਲ ਮਚੀ ਹੁਣ ਇਸ ਮਾਮਲੇ ਦੇ ਵਿੱਚ ਜਿੱਥੇ ਇੱਕ ਮੁਲਜ਼ਮ ਨੂੰ ਅਰੈਸਟ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਉਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਪਰ ਜਿਹੜਾ ਆਟੋ ਇੱਕ ਸੀਸੀਟੀਵੀ ਫੁਟੇਜ ਦੇ ਵਿੱਚ ਤੇਜ਼ੀ ਦੇ ਨਾਲ ਚੱਲਦਾ ਦਿਖਾਈ ਦੇ ਰਿਹਾ ਉਸ ਆਟੋ ਚਾਲਕ ਦੀ ਕੱਲ ਤੱਕ ਤਾਂ ਇਨਪੁਟ ਆਈ ਸੀ ਕਿ ਇਸ ਮਾਮਲੇ ਦੇ ਵਿੱਚ ਆਟੋ ਚਾਲਕ ਦਾ ਕੋਈ ਕਸੂਰ ਨਹੀਂ ਹੈ ਉਹਨੇ ਤਾਂ ਸਿਰਫ ਕਿਰਾਇਆ ਲਿਆ ਸੀ ਔਰ ਜਿਹੜੇ ਹਮਲਾਵਾਰ ਸਨ ਉਸ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਜਿਹੜਾ 43 ਬੱਸ ਸਟੈਂਡ ਹੈ ਚੰਡੀਗੜ੍ਹ ਦਾ ਔਰ ਇਸ ਦਾ ਸੈਕਟਰ ਤੱਕ ਪੁੱਜਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਛੱਡਣ ਦੀ ਵੀ ਜ਼ਿੰਮੇਵਾਰੀ ਸੀ ਪਰ ਉਹ ਤਮਾਕਾ ਵੇਖ ਕੇ ਡਰ ਗਿਆ ਸੀ ਸ਼ਾਇਦ ਉਸ ਕਰਕੇ ਉਸਨੇ ਆਟੋ ਭਜਾ ਲਿਆ ਸੀ ਪਰ ਹੁਣ ਪੁਲਿਸ ਨੇ ਆਟੋ ਚਾਲਕ ਦੀ ਚਲਾਕੀ ਫੜ ਲਈ ਹੈ ਉਸਨੇ ਝੂਠ ਬੋਲਿਆ ਸੀ ਉਹ ਝੂਠ ਕਿਉਂ ਬੋਲਿਆ ਕੀ ਕੋਈ ਮਜਬੂਰੀ ਸੀ ਜਾਂ ਕੋਈ ਹੋਰ ਵਜ੍ਹਾ ਸੀ ਇਸਦੇ ਬਾਰੇ ਪੁਲਿਸ ਨੂੰ ਗੁੰਮਰਾਹ ਕਿਵੇਂ ਕੀਤਾ ਆਟੋ ਚਾਲਕ ਨੇ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਦਰਅਸਲ ਟ੍ਰੈਫਿਕ ਜਾਮ ਕਾਰਨ ਜਿਹੜਾ ਮਟਕਾ ਚੌਕ ਹੈ ਚੰਡੀਗੜ੍ਹ ਦਾ ਉੱਥੇ ਹੀ ਉਤਰ ਗਏ ਸਨ ਹਮਲਾਵਰ ਤੇ ਉੱਥੋਂ ਫਿਰ ਉਹਨਾਂ ਨੇ 17 ਸੈਕਟਰ ਦਾ ਜਿਹੜਾ ਚੰਡੀਗੜ੍ਹ ਦਾ ਬੱਸ ਸਟੈਂਡ ਹੈ ਉੱਥੋਂ ਬੱਸ ਫੜ ਕੇ ਉਹਨਾਂ ਨੇ 43 ਤੱਕ ਜਾਣ ਦੀ ਕੋਸ਼ਿਸ਼ ਕੀਤੀ ਫਿਰ ਉੱਥੋਂ ਅੱਗੇ ਜਾਂਦੇ ਨੇ ਇੱਕ ਮੁਲਜ਼ਮ ਕਾਬੂ ਆਇਆ ਰਿਮਾਂਡ ਤੇ ਲੈ ਲੈ ਗਿਆ ਉਸ ਤੋਂ ਵੀ ਪੁੱਛਗਿੱਛ ਹੋਣੀ ਹੈ ਪਰ ਜਿਹੜਾ ਆਟੋ ਚਾਲਕ ਨੇ ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਗੁੰਮਰਾਹ ਕਰ ਕੀਤਾ ਹੈ ਸੀਸੀਟੀਵੀ ਨੇ ਇਸ ਦੇ ਰਾਜ ਖੋਲ ਦਿੱਤੇ ਨੇ ਕਿਉਂਕਿ ਜਿਹੜੀਆਂ ਜਿਹੜੀਆਂ ਲੋਕੇਸ਼ਨ ਦੀ ਗੱਲ ਆਟੋ ਚਾਲਕ ਨੇ ਕੀਤੀ ਸੀ ਕਿ ਇੰਨਾ ਸਮਾਂ ਸੀ ਤਕਰੀਬਨ ਤਕਰੀਬਨ ਔਰ ਉਹ ਕਿਹੜੇ ਚੌਕ ਤੇ ਸੀ ਔਰ ਚੰਡੀਗੜ੍ਹ ਦੀ ਕਿਹੜੀ ਸੜਕ ਤੋਂ ਗੁਜ਼ਰ ਰਿਹਾ ਸੀ ਜਦੋਂ ਸੀਸੀਟੀਵੀ ਫੁਟੇਜ ਖੰਡਾੜੀ ਗਈ ਤਾਂ ਉੱਥੇ ਉਹ ਦਿਖਾਈ ਹੀ ਨਹੀਂ ਦਿੱਤਾ ਉਹਨਾਂ ਥਾਵਾਂ ਤੇ ਜਿਵੇਂ ਜਿਵੇਂ ਬਿਆਨ ਦਰਜ ਕਰਵਾਏ ਸਨ ਆਟੋ ਚਾਲਕ ਨੇ ਆਟੋ ਚਾਲਕ ਦੀ ਇਹ ਚਲਾਕੀ ਪੁਲਿਸ ਨੇ ਫੜੀ ਹੈ ਔਰ ਇਸ ਬਾਬਤ ਖਬਰਾਂ ਵੀ ਜਿਹੜੀਆਂ ਨੇ ਉਹਨਾਂ ਸ਼ਰਹੀਆਂ ਨੇ ਗਰਨੇਡ ਹਮਲੇ ਤੋਂ ਬਾਅਦ ਫੜਿਆ ਗਿਆ ਆਟੋ ਚਾਲਕ ਪੁਲਿਸ ਨੂੰ ਗੁੰਮਰਾਹ ਕਰ ਰਿਹਾ ਸੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਉਹਨਾਂ ਨੂੰ ਸੈਕਟਰ 43 ਬੱਸ ਸਟੈਂਡ ਤੇ ਛੱਡਣ ਜਾ ਰਿਹਾ ਸੀ ਪਰ ਮਟਕਾ ਚੌਂਕ ਨੇੜੇ ਆਟੋ ਟ੍ਰੈਫਿਕ 'ਚ ਫਸਣ ਕਾਰਨ ਹਮਲਾਵਰ ਉੱਥੇ ਉਤਰ ਗਏ ਇਸ ਤੋਂ ਬਾਅਦ ਉਹ ਸੈਕਟਰ 17 ਬੱਸ ਸਟੈਂਡ ਤੇ ਗਏ ਤੇ ਫਿਰ ਉੱਥੋਂ ਸੈਕਟਰ 43 ਬੱਸ ਸਟੈਂਡ ਲਈ ਬੱਸ ਫੜੀ ਸ਼ੁੱਕਰਵਾਰ ਨੂੰ ਸੈਕਟਰ 11 ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਦਾਲਤ ਨੇ ਉਸ ਨੂੰ 4 ਦਿਨਾਂ ਤੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਸੈਕਟਰ 10 ਦੀ ਕੋਠੀ ਨੰ ਗਰਨੀਡ ਹਮਲੇ ਦੇ ਮੁੱਖ ਦੋਸ਼ੀ ਰੋਹਨ ਮਸੀਹ ਨੂੰ ਪੰਜਾਬ ਦੀ ਕਾਉਂਟਰ ਇੰਟੈਲੀਜੈਂਸ ਟੀਮ ਨੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਉੱਥੇ ਹੀ ਦੂਜੇ ਦੋਸ਼ੀ ਦੀ ਭਾਲ ਜੇ ਜਾਰੀ ਹੈ ਚੰਡੀਗੜ੍ਹ ਪੁਲਿਸ ਦੀਆਂ ਵੱਖ-ਵੱਖ ਟੀਮਾਂ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਨੇ ਪੁਲਿਸ ਨੇ ਆਟੋ ਚਾਲਕ ਕੁਲਦੀਪ ਤੋਂ ਪੁੱਛਗਿੱਛ ਕੀਤੀ ਜਿਸ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਰਿਮਾਂਡ ਦੌਰਾਨ ਉਸ ਕੋਲੋਂ ਹੋਰ ਵੀ ਕਈ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਕਹਾਣੀਆਂ ਉਸਨੇ ਬਣਾਈਆਂ ਆਟੋ ਚਾਲਕ ਕੁਲਦੀਪ ਬਾਹ ਚਲਾ ਗਿਆ ਪਰ ਪੁਲਿਸ ਦੇ ਸਾਹਮਣੇ ਮੂਰਖ ਹੋਣ ਦਾ ਦਿਖਾਵਾ ਕਰਦਾ ਰਿਹਾ ਇਹ ਦਾਵਾ ਪੁਲਿਸ ਵੱਲੋਂ ਹੀ ਕੀਤਾ ਗਿਆ ਉਸਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਸੈਕਟਰ 10ੋਂ ਲਈ 150 ਰੁਪਏ ਲਏ ਸੀ ਇਹ ਵੀ ਦੱਸਿਆ ਕਿ ਹਮਲਾਵਰ ਸੈਕਟਰ 10 ਮਾਰਕੀਟ ਨੇੜੇ ਆਟੋ ਚਾਲਕ ਤੋਂ ਉਤਰ ਕੇ ਫਰਾਰ ਹੋ ਗਏ ਇਹ ਸਾਰੀ ਕਹਾਣੀ ਝੂਠੀ ਨਿਕਲੀ ਕੋਠੀ 'ਚ ਬੰਬ ਸੁੱਟਣ ਤੋਂ ਬਾਅਦ ਕੁਲਦੀਪ ਨੇ ਹਮਲਾਵਰਾਂ ਨੂੰ ਉੱਥੋਂ ਭਜਾਉਣ ਲਈ ਤੇਜ਼ ਰਫ਼ਤਾਰ ਨਾਲ ਆਟੋ ਚਲਾਇਆ ਉਹ ਉਹਨਾਂ ਨੂੰ ਸਿੱਧਾ ਸੈਕਟਰ 43 ਬੱਸ ਸਟੈਂਡ ਲੈ ਜਾ ਰਿਹਾ ਸੀ ਪਰ ਜਾਮ 'ਚ ਫਸਨ ਕਾਰਨ ਉਹ ਉਹਨਾਂ ਨੇ ਫੈਸਲਾ ਬਦਲ ਲਿਆ ਤੇ ਉੱਥੇ ਹੀ ਜਿਹੜੇ ਨੇ ਉਤਰ ਜਾਂਦੇ ਨੇ ਸੀਸੀਟੀਵੀ ਫੁਟੇਜ ਨੇ ਰਾਜ ਖੋਲਿਆ ਕੁਲਦੀਪ ਦਾ ਬਿਆਨ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਉਸ ਵੱਲੋਂ ਦਿੱਤੀ ਗਈ ਲੋਕੇਸ਼ਨ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਕੁਲਦੀਪ ਦੇ ਬਿਆਨਾਂ ਦੀ ਪੁਸ਼ਟੀ ਕਰਨ ਲਈ ਪੁਲਿਸ ਨੇ ਉਹਨਾਂ ਸਥਾਨਾਂ ਦੀ ਜਾਂਚ ਕੀਤੀ ਜਿਨ੍ਹਾਂ ਦਾ ਕੁਲਦੀਪ ਨੇ ਆਪਣਾ ਬਿਆਨਾਂ ਵਿੱਚ ਜ਼ਿਕਰ ਕੀਤਾ ਸੀ ਇਸ ਤੋਂ ਸਪਸ਼ਟ ਸੀ ਕਿ ਘਟਨਾ ਤੋਂ ਬਾਅਦ ਕੁਲਦੀਪ ਵੱਲੋਂ ਦੱਸੇ ਗਏ ਸਾਰੇ ਸਮੇਂ ਗਲਤ ਨੇ ਇਸ ਨਾਲ ਪੁਲਿਸ ਨੂੰ ਉਸਤੇ ਸ਼ੱਕ ਹੋਇਆ ਤੇ ਉਸ ਤੋਂ ਫਿਰ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਬਾਅਦ ਤੇ ਫਿਰ ਉਸ ਤੋਂ ਬਾਅਦ ਉਸ ਨੇ ਸੱਚਾ ਜਿਹੜਾ ਬਿਆਨਣਾ ਸ਼ੁਰੂ ਕਰ ਦਿੱਤਾ ਪੰਜਾਬ ਵਿੱਚ ਇੱਕ ਹਮਲਾਵਰ ਫੜਿਆ ਗਿਆ ਜਿਹੜੇ ਫੜੇ ਜਾਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੀ ਅਮਰitsar ਪੁਲਿਸ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਪੰਜਾਬ ਦੇ ਡੀਜੀਪੀ ਨੇ ਚੰਡੀਗੜ੍ਹ ਪੁਲਿਸ ਦੇ ਸਹਿਯੋਗ ਨਾਲ ਅਗਲੇਰੀ ਜਾਂਚ ਬਾਰੇ ਵੀ ਟਵੀਟ ਕੀਤਾ ਇਸ ਦੇ ਨਾਲ ਹੀ ਚੰਡੀਗੜ੍ਹ ਦੀ ਪੁਲਿਸ ਅਜੇ ਵੀ ਪੰਜਾਬ 'ਚ ਲਗਾਤਾਰ ਨਿਗਰਾਨੀ ਕਰ ਰਹੀ ਹੈ ਪੰਜਾਬ ਪੁਲਿਸ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਗ੍ਰਿਫਤਾਰ ਕੀਤੇ ਗਏ ਹਮਲਾਵਰ ਨੂੰ ਪ੍ਰੋਡਕਸ਼ਨ ਵਾਰੰਟ ਤੇ ਚੰਡੀਗੜ੍ਹ ਲਿਆਏਗੀ ਕਿਉਂਕਿ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਉਸ ਨੂੰ ਚੰਡੀਗੜ੍ਹ ਵੀ ਲਿਆਉਣਾ ਪਵੇਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਭਾਰਤ ਸਰਕਾਰ ਦੀ ਨਜ਼ਰ ਦੇ ਵਿੱਚ ਜੋ ਰਿੰਦਾ ਆਤਵਾਦੀ ਹੈ ਤੇ ਗੈਂਗਸਟਰ ਹੈਪੀ ਦਾ ਹੱਥ ਦੱਸਿਆ ਜਾ ਰਿਹਾ ਕਿਉਂਕਿ ਇੱਕ ਪੋਸਟ ਦੇ ਨਹੀਂ ਜ਼ਿੰਮੇਵਾਰੀ ਜਿਹੜੀ ਚੁੱਕੀ ਗਈ ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਅਸੀਂ 1986 ਜਿਹੜੇ ਤਕਰੀਬਨ ਤਕਰੀਬਨ 38 ਸਾਲ ਪੁਰਾਣਾ ਮਾਮਲਾ ਹੈ ਉਸ ਦੇ ਨਕੋਦਰ ਕਾਣ ਦਾ ਬਦਲਾ ਲਿਆ ਔਰ ਇੱਕ ਐਸਪੀ ਦੀ ਵੀ ਗੱਲ ਆਈ ਸੀ ਕਿ ਉਸ ਵੇਲੇ ਦੇ ਤਤਕਾਲੀ ਅਫਸਰ ਤੋਂ ਬਦਲਾ ਲੈਣ ਲਈ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਹੁਣ ਤਾਂ ਉੱਥੇ ਰਿਟਾਇਰਡ ਇੱਕ ਪ੍ਰਿੰਸੀਪਲ ਰੈਰੈਸਨ ਆਪਣੇ ਪਰਿਵਾਰ ਨਾਲ ਪੁਰਸ ਤੋਂ ਪਹਿਲਾਂ ਉਸ ਐਸਪੀ ਪੀ ਜਸਪੀਰ ਸਿੰਘ ਦੀ ਵੀਰਹਾਇਸ਼ ਹੈ ਜਿਹੜੀ ਉੱਥੇ ਸੀ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪਰੇਸ਼ਨ ਚ ਮੁੱਖ ਮਲਜ਼ਮ ਨੂੰ ਮਰਸਰ ਤੋਂ ਗ੍ਰਿਫਤਾਰ ਕੀਤਾ ਗਿਆ ਮਲਜ਼ਮ ਕੋਲੋਂ ਗੋਲੀ ਸਿੱਕੇ ਤੋਂ ਇਲਾਵਾ 9mm ਪਿਸਤੌਲ ਵੀ ਬਰਾਮਦ ਹੋਈ ਹੈ ਪੰਜਾਬ ਪੁਲਿਸ ਨੇ ਚੰਡੀਗੜ੍ਹ ਗ੍ਰੀਨਡ ਹਮਲੇ ਮਾਮਲੇ ਚ ਇੱਕ ਮਲਜ਼ਮ ਨੂੰ ਜਿਹੜਾ ਕਾਬੂ ਕੀਤਾ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਸ ਪਿੱਛੇ ਪਾਕਿਸਤਾਨ ਆਧਾਰਿਤ ਅਤਵਾਦੀ ਹਰਵਿੰਦਰ ਸਿੰਘ ਰਿੰਦਾ ਤੇ ਅਮਰੀਕਾ ਆਧਾਰਿਤ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ਪਸ਼ੀਆ ਮੁਖ ਸਾਜ਼ਿਸ਼ ਕਾੜੇ ਸਨ ਚੰਡੀਗੜ੍ਹ ਦੇ ਸੈਕਟਰ 10 ਧੂਮਾਕਾ ਬੋਧਵਾਰ ਨੂੰ ਹੋਇਆ ਤੇ ਘਰ ਦੇ ਮਾਲਕ ਨੇ ਦਾਵਾ ਕੀਤਾ ਸੀ ਕਿ ਕਾਟੋ ਰਿਕਸ਼ਾ ਚ ਆਏ ਦੋ ਵਿਕਤੀਆਂ ਨੇ ਗ੍ਰਨੇਡ ਸੁੱਟਿਆ ਸੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰੋਹਨ ਮਸੀਹ ਵਾਸੀ ਪਿੰਡ ਪਸ਼ੀਆ ਵਜੋਂ ਹੋਈ ਹੈ ਪੁਲਿਸ ਨੇ ਕਿਹਾ ਕਿ ਗ੍ਰਿਫਤਾਰੀ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪਰੇਸ਼ਨ ਦੌਰਾਨ ਕੀਤੀ ਗਈ ਹੈ ਉਨਾ ਹੀ ਵੀ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਕੋਲੋਂ ਗੋਲੀ ਸਿੱਕੇ ਤੋਂ ਲਾਵਾ 9mm ਗਲੌਕ ਪਿਸਤੌਲ ਵੀ ਬਰਾਮਦ ਕੀਤਾ ਡੀਜੀਪੀ ਨੇ ਕਿਹਾ ਕਿ ਘਟਨਾ ਵਿੱਚ ਵਰਤਿਆ ਗਿਆ ਹੱਥਗੋਲਾ ਯਾਨੀ ਕਿ ਗਰਨੇਡ ਫੌਜ ਵੱਲੋਂ ਵਰਤੇ ਜਾਂਦੇ ਗਰਨੇਡਾ ਵਰਗਾ ਸੀ ਜੋ ਸਰਹੱਦ ਪਾਰੋਂ ਆਈਐਸਆਈ ਇੰਟਰ ਸਰਵਿਸਿਜ਼ ਇੰਟੈਲੀਜੈਂਸ ਦੀ ਮਦਦ ਨਾਲ ਡਰੋਨ ਰਾਹੀਂ ਮੰਗਵਾਇਆ ਗਿਆ ਸੀ ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਪੁਲਿਸ ਨੂੰ ਪੂਰਨ ਸਹਿਯੋਗ ਦੇਣ ਦਾ ਅਹਦ ਦਰਉਂਦਿਆਂ ਹੋਇਆਂ ਕਿਹਾ ਕਿ ਇਸ ਕੇਸ ਵਿੱਚ ਜਿੰਨਾ ਵੀ ਸਹਿਯੋਗ ਦੀ ਲੋੜ ਪਵੇਗੀ ਚੰਡੀਗੜ੍ਹ ਪੁਲਿਸ ਨੂੰ ਉਹ ਦਿੱਤਾ ਜਾਵੇਗਾ ਹੁਣ ਜਿੱਥੇ ਹੀ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਰਮਾਨ ਤੇ ਲੈ ਲਿਆ ਗਿਆ ਦੇਖਦੇ ਆ ਕਿ ਉਸ ਦੀ ਪੁਛਗਿਸ਼ ਵਿੱਚੋਂ ਕੀ ਕੁਝ ਸਾਹਮਣੇ ਨਿਕਲ ਕੇ ਆਉਂਦਾ ਜਿਵੇਂ ਕਿ ਪੋਸਟ ਪਾਈ ਗਈ ਹੈ ਕਿ ਉਹੀ ਬਦਲਾ ਲੈਣ ਦੀ ਕਹਾਣੀ ਸੀ ਜਾਂ ਮੁਲਜ਼ਮਾਂ ਨੂੰ ਸਾਰੀ ਗੱਲ ਦੱਸੀ ਗਈ ਸੀ ਕਿ ਨਹੀਂ ਦੱਸੀ ਕਿ ਆਮ ਤੌਰ ਤੇ ਜਿਹੜੇ ਕਰੰਦਿਆਂ ਨੂੰ ਵਰਤਿਆ ਜਾਂਦਾ ਹੈ ਜਿਨ੍ਹਾਂ ਨੂੰ ਬੰਬ ਸੁੱਟਣ ਲਈ ਗੋਲੀ ਚਾਣਨ ਲਈ ਆਮ ਤੌਰ ਤੇ ਪੂਰੀ ਘਟਨਾ ਕੀ ਹੁੰਦੀ ਹੈ ਕਿਹੜੇ ਮਕਸਦ ਦੇ ਨਾਲ ਹਮਲਾ ਕੀਤਾ ਜਾ ਰਿਹਾ ਹੁੰਦਾ ਕਈ ਵਾਰੀ ਉਹਨਾਂ ਕੋਲ ਜਾਣਕਾਰੀ ਵੀ ਨਹੀਂ ਹੁੰਦੀ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵੀ ਕਈ ਮੁਲਜ਼ਮ ਐਸੇ ਸਨ ਜਿਨ੍ਹਾਂ ਨੇ ਬਾਅਦ ਵਿੱਚ ਪੁਲਿਸ ਕੋਲ ਬਿਆਨ ਦਰਜ ਕਰਾਏ ਕਿ ਸਾਨੂੰ ਸਿਰਫ ਰੇਕੀ ਕਰਨ ਦੇ ਲਈ ਪੈਸੇ ਮਿਲਨੇ ਸਨ ਉਹ ਵੀ ਬਹੁਤ ਥੋੜੀ ਨਗੂਣੀ ਜੀ ਗਿਣਤੀ ਦੀ ਉਹਨਾਂ ਨੇ ਪੈਸਿਆਂ ਦਾ ਦਾਵਾ ਕੀਤਾ ਸੀ ਹਾਲਾਂਕਿ ਉਹ ਕਿੰਨਾ ਸੱਚ ਬੋਲੇ ਕਿੰਨਾ ਝੂਠ ਇਹ ਪੁਲਿਸ ਨੇ ਆਪਣੀ ਤਫ਼ਤੀਸ਼ ਦੇ ਵਿੱਚ ਜਿਹੜਾ ਦਰਜ ਕਰ ਹੀ ਲਿਆ ਉਸ ਦੇ ਵਿੱਚ ਵੀ ਕਈਆਂ ਨੂੰ ਨਹੀਂ ਸੀ ਪਤਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਣਾ ਹੈ ਇਹ ਉਹਨਾਂ ਨੇ ਦਾਵਾ ਕੀਤਾ ਸੀ ਜਿਹੜੇ ਮੁਲਜ਼ਮ ਉਸ ਵਿੱਚ ਨੂੰ ਆਲੋਪ ਪਾਏ ਗਏ ਬਿਲੀਪਗਤ ਜਿੰਨਾ ਦੀ ਸੀ ਉਸ ਮਸਲੇ ਦੇ ਵਿੱਚ ਰੇਕੀ ਕਰਨ ਦੀ ਜਾਂ ਫਿਰ ਹਮਲਾ ਕਰਨ ਦੀ ਪਰ ਇਸੇ ਤਰ੍ਹਾਂ ਕੀ ਇਸ ਕਾਂਡ ਦੇ ਵਿੱਚ ਵੀ ਇਹਨਾਂ ਮਲਜਮਾਂ ਤੋਂ ਜਦੋਂ ਪੁੱਛਗਿਸ਼ ਹੋਣੀ ਹੈ ਜਿਹੜਾ ਇੱਕ ਫੜਿਆ ਗਿਆ ਜਾਂ ਆਟੋ ਚਾਲਕ ਨੇ ਜਿਵੇਂ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਸੀ ਆਟੋ ਚਾਲਕ ਨੇ ਕੀ ਡਰ ਕੇ ਸਹਿਮ ਕੇ ਬਿਆਨ ਆਪਣੇ ਬਦਲੇ ਸਨ ਗਲਤ ਦਿੱਤੇ ਸਨ ਜਾਂ ਹੁਣ ਸੱਚ ਬੋਲਿਆ ਜਾਂ ਕੋਈ ਵਜ੍ਹਾ ਹੋਰ ਹੈ ਇਸ ਦੇ ਬਾਰੇ ਵੀ ਅਗਲੇਰੀ ਜਾਂਚ ਦੇ ਵਿੱਚ ਪਤਾ ਲੱਗ ਜਾਵੇਗਾ ਕਿ ਉਸ ਤੋਂ ਵੀ ਹੋਰ ਪੁੱਛਗਿਸ਼ ਜਿਹੜੀ ਹੋਣੀ ਹੈ ਕਿ ਉਹ ਕੀ ਕੀ ਹੋਰ ਬਿਆਨ ਕਰਦਾ ਹੈ ਇਸ ਮਾਮਲੇ ਦੇ ਵਿੱਚ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ